ਕਾਲ ਜੀ ਸਵਾਗਤ ਹੈ ਰੋਜ਼ਾਨਾ ਟਾਈਮਜ਼ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਮੈਂ ਤਰਨਦੀਪ ਸਿੰਘ ਦੇਸ਼ ਦੇ ਵਿੱਚ ਜਬਰ ਜਨਾਹ ਦੇ ਮਾਮਲੇ ਆਏ ਦਿਨ ਵਧਦੇ ਜਾ ਰਹੇ ਨੇ ਮਾਸੂਮ ਬੱਚੀਆਂ ਨੂੰ ਹਫਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਔਰ ਹੁਣ ਇੱਕ ਜਿਹੜਾ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਹੈ ਮੋਹਾਲੀ ਦਾ ਹੈ ਜਿੱਥੇ ਆਪਣੀ ਡਿਊਟੀ ਤੋਂ ਕੱਲ ਸਾਮੀ ਆਪਣੀ ਡਿਊਟੀ ਤੋਂ ਦੇਰ 7 ਵਜੇ ਦੇ ਕਰੀਬ ਇੱਕ ਨਰਸ ਆਪਣੇ ਘਰ ਨੂੰ ਜਾ ਰਹੀ ਸੀ ਉਹ 6 ਫੇਸ ਤੋਂ ਇੱਕ ਨਿੱਜੀ ਹਸਪੀਟਲ ਤੋਂ ਆਟੋ ਵਿੱਚ ਚੜੀ ਤਾਂ ਉਸਦੇ ਨਾਲ ਰਸਤੇ ਦੇ ਵਿੱਚ ਜ਼ਬਰਦਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਜਿਸ ਤੋਂ ਬਾਅਦ ਇਸ ਲੜਕੀ ਨੇ ਕਾਫੀ ਜੱਦੋਜਹਿਦ ਕੀਤੀ ਤੇ ਆਪਣੇ ਆਪ ਨੂੰ ਬਚਾਉਂਦੇ ਹੋਏ ਆਟੋ 'ਚੋਂ ਸਲਾਂਗ ਮਾਰ ਦਿੱਤੀ ਔਰ ਜਿਸ ਤੋਂ ਬਾਅਦ ਉੱਥੇ ਉਹਦੇ ਕਾਫੀ ਛੱਟਾਂ ਵੱਜੀਆਂ ਤਾਂ ਦੋ ਜੋੜਾ ਲੰਘਿਆ ਜਾ ਰਿਹਾ ਸੀ ਤਾਂ ਉਹਨਾਂ ਨੇ ਉਸ ਲੜਕੀ ਨੂੰ ਚੱਕਿਆ ਤੇ ਹਸਪੀਟਲ ਭਰਤੀ ਕੀਤਾ ਜਿਸ ਤੋਂ ਬਾਅਦ ਉਸ ਲੜਕੀ ਨੇ ਸਾਰੇ ਇਥੇ ਆ ਉਸ ਜੋੜੇ ਨੂੰ ਦੱਸੀ ਤੇ ਕਿਹਾ ਕਿ ਜਦੋਂ ਮੈਂ 6 ਫੇਸ ਤੋਂ ਆਪਣੇ ਘਰ ਨੂੰ ਜਾ ਰਹੀ ਸੀ ਦੇ ਰਾਤ ਤਾਂ ਰਸਤੇ ਦੇ ਵਿੱਚ ਮੇਰੇ ਨਾਲ ਆਟੋ ਡਰਾਈਵਰ ਅਤੇ ਵਿੱਚ ਬੈਠੇ ਇੱਕ ਨੌਜਵਾਨ ਨੇ ਬਲਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਪਣੇ ਆਪ ਨੂੰ ਬਚਾਉਂਦੇ ਹੋਏ ਆਟੋ 'ਚੋਂ ਹਾਲ ਮਾਰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਹੀ ਪੁਲਿਸ ਨੂੰ ਦੱਸਿਆ ਗਿਆ ਔਰ ਪੁਲਿਸ ਦੇ ਵੱਲੋਂ ਦੇ ਰਾਤ ਸਾਪੇਮਾਰੀ ਕੀਤੀ ਗਈ ਔਰ ਜਿਹੜਾ 6 ਫੇਸ ਤੋਂ ਲੈ ਕੇ ਖਰੜ ਤੱਕ ਦਾ ਰੋਡ ਆ ਉਥੇ ਨਾਕੇ ਲਗਾਏ ਗਏ ਤੇ ਜਿਹੜੇ ਦੋਸ਼ੀ ਨੇ ਉਹ ਕਰਾਲੀ ਤੋਂ ਫੜੇ ਗਏ ਨੇ ਔਰ ਜਿਸ ਤੋਂ ਬਾਅਦ ਰਾਤ 12 ਵਜੇ ਦੇ ਕਰੀਬ ਦੋਸੀਆਂ ਨੂੰ ਕਰਾਲੀ ਤੋਂ ਫੜ ਲਿਆ ਗਿਆ ਇੱਕ ਦਾ ਨਾਮ ਮਨਦੀਪ ਔਰ ਦੂਜੇ ਦਾ ਨਾਮ ਮਲਕੀਤਾ ਇੱਕ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਔਰ ਦੂਜੇ ਦੀ ਉਮਰ 26 ਸਾਲ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲੜਕੀ ਦੇ ਬਿਆਨ ਲਿਖ ਲਏ ਹਨ ਔਰ ਇਸ ਮਾਮਲੇ ਦੀ ਮਹਾਲੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਇਹ ਵੀ ਕਿਹਾ ਹੈ ਮਹਾਲੀ ਪੁਲਿਸ ਨੇ ਕਿ ਇਸ ਦੋ ਇਹਨਾਂ ਦੋਸੀਆਂ ਨੂੰ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣਗੀਆਂ ਅੱਜ ਕਾਲ ਜੀ ਸਵਾਗਤ ਹੈ ਰੋਜ਼ਾਨਾ ਟਾਈਮਜ਼ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਮੈਂ ਤਰਨਦੀਪ ਸਿੰਘ ਦੇਸ਼ ਦੇ ਵਿੱਚ ਜ਼ਬਰਜਨਾ ਦੇ ਮਾਮਲੇ ਆਏ ਦਿਨ ਵਧਦੇ ਜਾ ਰਹੇ ਨੇ ਮਸੂਮ ਬੱਚੀਆਂ ਨੂੰ ਹਫਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਔਰ ਹੁਣ ਇੱਕ ਜਿਹੜਾ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਹੈ ਮੋਹਾਲੀ ਦਾ ਹੈ ਜਿੱਥੇ ਆਪਣੀ ਡਿਊਟੀ ਤੋਂ ਕੱਲ ਸਾਮੀ ਆਪਣੀ ਡਿਊਟੀ ਤੋਂ ਦੇਰ 7 ਵਜੇ ਦੇ ਕਰੀਬ ਇੱਕ ਨਰਸ ਆਪਣੇ ਘਰ ਨੂੰ ਜਾ ਰਹੀ ਸੀ ਉਹ 6 ਫੇਸ ਤੋਂ ਇੱਕ ਨਿੱਜੀ ਹਸਪਤਾਲ ਤੋਂ ਆਟੋ ਵਿੱਚ ਚੜੀ ਤਾਂ ਉਸ ਦੇ ਨਾਲ ਰਸਤੇ ਦੇ ਵਿੱਚ ਜਬਰਜਨਾ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਜਿਸ ਤੋਂ ਬਾਅਦ ਇਸ ਲੜਕੀ ਨੇ ਕਾਫੀ ਜੱਦੋਜਹਿਦ ਕੀਤੀ ਤੇ ਆਪਣੇ ਆਪ ਨੂੰ ਬਚਾਉਂਦੇ ਹੋਏ ਆਟੋ 'ਚੋਂ ਸਲਾਂਗ ਮਾਰ ਦਿੱਤੀ ਔਰ ਜਿਸ ਤੋਂ ਬਾਅਦ ਉੱਥੇ ਉਹਦੇ ਕਾਫੀ ਛੱਟਾਂ ਵੱਜੀਆਂ ਤਾਂ ਦੋ ਜੋੜਾ ਲੰਘਿਆ ਜਾ ਰਿਹਾ ਸੀ ਤਾਂ ਉਹਨਾਂ ਨੇ ਉਸ ਲੜਕੀ ਨੂੰ ਚੱਕਿਆ ਤੇ ਹਸਪੀਟਲ ਭਰਤੀ ਕੀਤਾ ਜਿਸ ਤੋਂ ਬਾਅਦ ਉਸ ਲੜਕੀ ਨੇ ਸਾਰੇ ਇਥੇ ਆ ਉਸ ਜੋੜੇ ਨੂੰ ਦੱਸੀ ਤੇ ਕਿਹਾ ਕਿ ਜਦੋਂ ਮੈਂ 6 ਫੇਸ ਤੋਂ ਆਪਣੇ ਘਰ ਨੂੰ ਜਾ ਰਹੀ ਸੀ ਦੇ ਰਾਤ ਤਾਂ ਰਸਤੇ ਦੇ ਵਿੱਚ ਮੇਰੇ ਨਾਲ ਆਟੋ ਡਰਾਈਵਰ ਅਤੇ ਵਿੱਚ ਬੈਠੇ ਇੱਕ ਨੌਜਵਾਨ ਨੇ ਬਲਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਪਣੇ ਆਪ ਨੂੰ ਬਚਾਉਂਦੇ ਹੋਏ ਆਟੋ 'ਚੋਂ ਹਾਲ ਮਾਰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਹੀ ਪੁਲਿਸ ਨੂੰ ਦੱਸਿਆ ਗਿਆ ਔਰ ਪੁਲਿਸ ਦੇ ਵੱਲੋਂ ਦੇਰ ਰਾਤ ਸਾਪੇਮਾਰੀ ਕੀਤੀ ਗਈ ਔਰ ਜਿਹੜਾ 6 ਫੇਸ ਤੋਂ ਲੈ ਕੇ ਖਰੜ ਤੱਕ ਦਾ ਰੋਡ ਆ ਉਥੇ ਨਾਕੇ ਲਗਾਏ ਗਏ ਤੇ ਜਿਹੜੇ ਦੋਸ਼ੀ ਨੇ ਉਹ ਕਰਾਲੀ ਤੋਂ ਫੜੇ ਗਏ ਨੇ ਔਰ ਜਿਸ ਤੋਂ ਬਾਅਦ ਰਾਤ 12 ਵਜੇ ਦੇ ਕਰੀਬ ਦੋਸੀਆਂ ਨੂੰ ਕਰਾਲੀ ਤੋਂ ਫੜ ਲਿਆ ਗਿਆ ਇੱਕ ਦਾ ਨਾਮ ਮਨਦੀਪ ਔਰ ਦੂਜੇ ਦਾ ਨਾਮ ਮਲਕੀਤਾ ਇੱਕ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਔਰ ਦੂਜੇ ਦੀ ਉਮਰ 26 ਸਾਲ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲੜਕੀ ਦੇ ਬਿਆਨ ਲਿਖ ਲਏ ਹਨ ਔਰ ਇਸ ਮਾਮਲੇ ਦੀ ਮਹਾਲੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਇਹ ਵੀ ਕਿਹਾ ਹੈ ਮਹਾਲੀ ਪੁਲਿਸ ਨੇ ਕਿ ਇਸ ਦੋ ਇਹਨਾਂ ਦੋਸੀਆਂ ਨੂੰ ਸਖਤ ਤੋਂ ਸਖਤ ਸਜ਼ਾ ਮ